ਲਓ ਜੀ ਸਿਆਲਕੋਟੀ ਭੈਣ ਭਰਾਓ, ਅੱਜ ਤੁਹਾਨੂੰ ਜ਼ਰਾ ਸਾਗ ਵੀ ਦੱਸ ਦੇਈ ਅਮਰੀਕਾ 'ਚ ਨਿਊਯਾਰਕ 'ਚ ਕਿਸ ਤਰ੍ਹਾਂ ਸਾਗ ਸਿਆਲਕੋਟੀ ਬਣਾ ਕੇ ਖਾਂਦੇ ਨੇ। ਇਹ ਜਨਾਬ ਸਾਗ ਕੱਟਿਆ ਜਾ ਰਿਹਾ ਅਤੇ ਨਾਲ ਪਾਲਕ ਭੇਜ ਦੇਈਏ ਅਤੇ ਇਹਨੂੰ ਉਸ ਤੋਂ ਬਾਅਦ ਪਾਲਕ ਨੂੰ ਕੱਟਿਆ ਜਾਏਗਾ ਅਤੇ ਫਿਰ ਮਿਕਸ ਕਰਕੇ ਅਗਲਾ ਸਟੈਪ ਤੁਹਾਨੂੰ ਦੱਸਣਾ ਵਾ। ਓਕੇ ਲਓ ਜੀ ਦੋਸਤੋ, ਹੁਣ ਸਾਗ ਨੂੰ ਕੱਟ ਕੇ ਆ ਵੱਡੇ ਜਿਹੇ ਟੱਪ 'ਚ ਪਾਇਆ ਕਿ ਖੁੱਲ੍ਹਾ ਪਾਣੀ ਹੋਣਾ ਚਾਹੀਦਾ ਉਹਦੇ 'ਚ ਸਾਗ ਧੋਣ ਵਾਸਤੇ, ਇਹਨੂੰ ਧੋਤਾ ਜਾ ਰਿਹਾ। ਲਓ ਜੀ ਦੋਸਤੋ, ਹੁਣ ਅਸੀਂ ਅਗਲੇ ਸਟੈਪ ਦੀ ਤਰਫ ਆ ਗਏ ਹਾਂ। ਇਹ ਹੁਣ ਆਪਣੇ ਨਾ ਸਾਗ ਅਤੇ ਪਾਲਕ ਮਿਕਸ ਕਰਕੇ ਟੱਪ 'ਚੋਂ ਕੱਢ ਕੇ ਇਹਦੇ 'ਚ ਹਾਂਡੀ 'ਚ ਰੱਖ ਦਿੱਤਾ। ਪਰ ਜਦੋਂ ਤੁਸੀਂ ਸਾਗ ਅਤੇ ਉਹ ਪਾਲਕ ਉੱਥੋਂ ਪਾਲਕ ਅਤੇ ਆਪਣੇ ਸਾਗ ਉੱਥੋਂ ਕੱਢ ਕੇ ਇਹਦੇ 'ਚ ਪਾਉਣਾ ਨਾ ਟੱਪ 'ਚੋਂ, ਅਤੇ ਜ਼ਰਾ ਮੇਕ ਸ਼ੋਰ ਕਰਨਾ ਕਿ ਥੋੜ੍ਹਾ ਥੋੜ੍ਹਾ ਪਾਣੀ ਵੀ ਨਾਲ ਆ ਜਾਵੇ, ਕਿਉਂਕਿ ਉਹਨੇ ਉਸੇ ਪਾਣੀ ਨਾਲ ਹੀ ਪੱਕਣਾ। ਅਤੇ ਉਸ ਤੋਂ ਬਾਅਦ ਇਹਦੇ 'ਤੇ ਥੂਮ ਪੂਰਾ ਪੂਰਾ ਛਿਲ ਕੇ ਰੱਖ ਦਿੱਤਾ ਅਤੇ ਮਿਰਚਾਂ ਉੱਤੇ ਰੱਖ ਦਿੱਤੀਆਂ ਨੇ। ਲਓ ਜੀ ਸਿਆਲਕੋਟੀਏ, 2 ਘੰਟੇ ਹੋ ਗਏ ਨੇ, ਅਸੀਂ ਹੁਣ ਢੱਕਣ ਚੁੱਕਣ ਲੱਗੇ ਹਾਂ। ਅਤੇ ਢੱਕਣ ਚੁੱਕਣ ਤੋਂ ਬਾਅਦ ਆਪਣੇ ਨਾ ਇਹ ਧੂੰਆਂ ਛੂਆਂ ਨਿਕਲ ਰਿਹਾ। ਤਾਂ ਇਹ ਘੋਟਣਾ ਸਪੈਸ਼ਲੀ ਸਿਆਲਕੋਟ ਮੰਗਵਾਇਆ, ਐਂਡ ਘੋਟਣੇ ਦੇ ਨਾਲ ਇਹਨੂੰ ਜਿਹੜਾ ਨਾ ਹੁਣ ਘੋਟਿਆ ਜਾਏਗਾ ਹੈ, ਅਤੇ ਇਹਨੂੰ ਘੋਟੀ ਜਾਣਾ ਜਦੋਂ ਤੱਕ ਇਹ ਮਿਕਸ ਨਾ ਹੋ ਜਾਏ ਹੈ। ਅਤੇ ਉਸ ਤੋਂ ਬਾਅਦ ਫਿਰ ਤੜਕੇ ਛਿੜਕੇ ਦੇ ਸਟੈਪ ਨੇ ਫਾਈਨਲ ਸਟੈਪ। ਲਓ ਜੀ ਦੋਸਤੋ, ਇਹ ਦੇਸੀ ਘਿਓ ਹੈ, ਇਹ ਦੇਸੀ ਘਿਓ ਨੇ ਇਹਦੇ 'ਚ ਆ ਗਿਆ ਭੰਗਾਰ ਲਾਉਣ ਲੱਗਿਆ। ਅਤੇ ਇਹ ਆਪਣੇ ਨਾ ਜਿੰਜਰ ਵਗੈਰਾ, ਅਤੇ ਇਹ ਆਪਣੇ ਨਾ ਪੇਸਟ ਨਹੀਂ ਕੀਤਾ ਇਹਦਾ, ਅਤੇ ਇਹ ਕੱਟਿਆ ਆਪਣੇ ਛੋਟਾ ਛੋਟਾ, ਅਤੇ ਇਹ ਭੰਗਾਰ ਲੱਗ ਜਾਏਗਾ। ਭੰਗਾਰ ਲੱਗਣ ਤੋਂ ਬਾਅਦ ਨਾ ਆਪਣੇ ਨਾ ਅਤੇ ਫਿਰ ਮੈਂ ਜੈਸੇ ਅਸੀਂ ਇਹਦੇ 'ਚ ਸਾਗ ਪਾਉਂਦੇ ਹਾਂ ਅਤੇ ਮੈਂ ਤੁਹਾਨੂੰ ਦਿਖਾਉਂਦਾ ਹਾਂ। ਹੁਣ ਇਹ ਦੇਸੀ ਘਿਓ ਗਰਮ ਹੋ ਗਿਆ, ਅਤੇ ਇਹਦੇ 'ਚ ਅਦਰਕ ਜਿਹੜਾ ਅਸੀਂ ਆਪਣੇ ਨਾ ਫਰੈਸ਼ ਅਦਰਕ ਨੂੰ ਕਿਤੇ ਉਹ ਇਹਦੇ 'ਚ ਪਾਉਂਦੇ ਪਏ ਹਾਂ ਕਿ ਉਹਦਾ ਥੋੜ੍ਹਾ ਜਿਹਾ ਆਪਣੇ ਨਾ ਜਦੋਂ ਮੁਨਾਸਿਬ ਜਿਹਾ ਹੋ ਜਾਏਗਾ ਅਤੇ ਫਿਰ ਇਹਦੇ 'ਚ ਸਾਗ ਪਾਇਆ ਜਾਏਗਾ। ਹਾਂ, ਅਤੇ ਆਪਣੇ ਪੈ ਗਿਆ ਅਤੇ ਆਪਣੇ ਨਾ ਇਹਨੂੰ ਹਿਲਾਇਆ ਮਿਕਸ ਕੀਤਾ ਜਾ ਰਿਹਾ। ਮਿਕਸ ਕਰਨ ਤੋਂ ਬਾਅਦ ਨਾ ਤਾਜ਼ੀ ਹਰੀ ਮਿਰਚਾਂ ਆ ਗਈਆਂ ਵਿੱਚ ਆਪਣੇ ਨਾਲ, ਇਹਨਾਂ ਨੂੰ ਆਪਣੇ ਮਿਕਸ ਕਰਕੇ ਅਤੇ ਜਦੋਂ ਇਹਨਾਂ ਦਾ ਅਪਰੋਪਰੀਏਟ ਰੰਗ ਹੋ ਜਾਏਗਾ ਅਤੇ ਅਸੀਂ ਇਹਦੇ 'ਚ ਸਾਗ ਐਡ ਕਰ ਦਿਆਂਗੇ। ਠੀਕ ਹੈ। ਲਓ ਜੀ ਆਪਣੇ ਨਾ ਬਿਲਕੁਲ ਆਪਣੇ ਘੋਟਣਾ ਫੇਰਿਆ ਗਿਆ ਇਹ 'ਚ ਕੋਈ 30-35 ਮਿੰਟ, ਅਤੇ ਜ਼ਬਰਦਸਤ ਹੋ ਗਿਆ ਆਪਣੇ ਨਾਲ। ਅਤੇ ਬਲੈਂਡਰ 'ਚ ਇਸ ਵਾਸਤੇ ਨਹੀਂ ਕੀਤਾ ਜਾਂਦਾ, ਅਤੇ ਬੇਗਮ ਸਾਹਿਬ ਕਹਿ ਰਹੀਆਂ ਨੇ ਤਜਰਬੇ ਦੇ ਮੁਤਾਬਕ ਉਹ 'ਚ ਪੇਸਟ ਬਣ ਜਾਂਦੀ ਹੈ ਬਲੈਂਡਰ 'ਚ ਕਰੋ ਅਤੇ ਇਹਦੇ ਨਾਲ ਜ਼ਰਾ ਓਰੀਜਨਲ ਮੂੰਹ ਦੇ ਵਿੱਚ ਜਿਹੜਾ ਆਏਗਾ ਸੁਚਲ ਗਿਆ। ਅਤੇ ਦੂਜੇ ਪਾਸੇ ਇਹ ਹੁਣ ਜਿਹੜਾ ਭੰਗਾਰ ਲਾਇਆ ਸੀ ਇਹ ਬਰਾਊਨ ਹੋਣ ਵਾਲਾ, ਅਤੇ ਇਹ ਬਰਾਊਨ ਹੋ ਰਿਹਾ ਆਪਣੇ ਨਾਲ। ਇਸ ਤੋਂ ਬਾਅਦ ਇਹ 'ਚ ਸਾਗ ਜਿਹੜਾ ਨਾ ਐਡ ਸਾਗ ਪਾ ਦਿੱਤਾ ਜਾਏਗਾ ਅਤੇ ਫਿਰ ਰੈਡੀ ਟੂ ਈਟ ਹੈ ਆਪਣੇ ਨਾਲ। ਅਤੇ ਹੋ ਗਿਆ, ਅਤੇ ਇਹਦੇ 'ਚ ਹੁਣ ਸਾਗ ਮਿਕਸ ਕਰਕੇ ਨਾ, ਵਾਹ ਵਾਹ, ਸੋਚਣ ਦੀ ਆਵਾਜ਼ ਵੀ ਆ ਰਹੀ ਹੈ। ਇਹਦਾ ਮਤਲਬ ਹੈ ਪੱਕੇ ਕੰਮ ਨਹੀਂ ਹੋ ਰਹੇ, ਜੈਨੂਇਨ ਕੰਮ ਹੋ ਰਿਹਾ। ਵੈਰੀ ਨਾਈਸ। ਲਓ ਜੀ ਦੋਸਤੋ, ਫਾਈਨਲੀ ਸਾਗ ਹੁਣ ਪਲੇਟ 'ਚ ਆ ਗਿਆ, ਉੱਤੇ ਮੱਖਣ ਹੈ, ਤਾਜ਼ੀ ਰੋਟੀ ਹੈ। ਅਤੇ ਸਿਰਫ ਮੈਨੂੰ ਇੱਕ ਚੀਜ਼ ਦਾ ਅਫਸੋਸ ਹੈ ਕਿ ਮਕਈ ਦਾ ਆਟਾ ਮੁੱਕ ਗਿਆ ਦਾ ਸੀ, ਅਤੇ ਕੱਲ੍ਹ ਬਾਜ਼ਾਰੋਂ ਲਿਆਵਾਂਗਾ ਜਾ ਕੇ, ਅਤੇ ਫਿਰ ਉਹਦੇ ਨਾਲ ਵੀ ਆਪਣੇ ਖਾਧੀ ਜਾਏਗੀ। ਅਤੇ ਲਓ ਜੀ ਚੱਖ ਲੈਂਦੇ ਹਾਂ ਅਤੇ ਫਿਰ ਰਿਵਿਊ ਦੇ ਦਿੰਦੇ ਹਾਂ। ਸੁਪਰ, ਇਸ ਵਾਸਤੇ ਨਹੀਂ ਕਿ ਮੇਰੀ ਬੇਗਮ ਨੇ ਬਣਾਇਆ, ਰੀਅਲੀ ਸੁਪਰ ਹੈ। ਓਕੇ ਜੀ, ਆਈ ਹੋਪ ਯੂ ਗਾਇਜ਼ ਵਿਲ ਇੰਜੋਏ। ਸਿਆਲਕੋਟ ਜ਼ਿੰਦਾਬਾਦ।